ਹਾਂਜੀ ਦੋਸਤੋ ਵੈਲਕਮ ਸਵਾਗਤ ਹੈ ਤੁਹਾਡਾ ਸਟੱਡੀਸ਼ਿਪ YouTube ਚੈਨਲ ਤੇ ਅੱਜ ਇਸ ਵੀਡੀਓ ਦੇ ਰਾਹੀਂ ਪੀਐਸ ਪੀਸੀਐਲ ਦੇ ਵੱਲੋਂ ਸਹਾਇਕ ਮੈਨੇਜਰ ਆਈਟੀ ਸਿਸਟਮਸ ਦੀ ਭਰਤੀ ਦੇ ਬਾਰੇ ਨਵੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਪੀਐਸ ਪੀਸੀਐਲ ਦੇ ਵੱਲੋਂ ਸਹਾਇਕ ਮੈਨੇਜਰ ਸੂਚਨਾ ਤਕਨੀਕ ਦੀ ਜਿਹੜੀ ਭਰਤੀ ਕੀਤੀ ਜਾ ਰਹੀ ਹੈ ਉਹਦੀ ਮੈਰਿਟ ਸੂਚੀ ਜਾਰੀ ਕੀਤੀ ਗਈ ਹੈ ਔਰ ਨਾਲ ਹੀ ਦਸਤਾਵੇਜ਼ਾਂ ਦੀ ਚੈਕਿੰਗ ਦਾ ਸ਼ਡਿਊਲ ਹੈ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਇਹਦੀ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੇਗੀ ਸਟੇ ਕਨੈਕਟਡ ਸਟੇ ਅਪਡੇਟਡ ਜੁੜੇ ਰਹੋ ਇਸ ਚੈਨਲ ਦੇ ਨਾਲ ਔਰ ਅਪਡੇਟ ਰਹੋ ਸੋ ਤੁਹਾਨੂੰ ਦੱਸ ਦਈਏ ਮੋਡਲੀ ਜਾਣਕਾਰੀ ਤੋਂ ਇਲਾਵਾ ਮੈਰਿਟ ਸੂਚੀ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਦਸਤਾਵੇਜ਼ਾਂ ਦੀ ਚੈਕਿੰਗ ਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਦਸਤਾਵੇਜ਼ਾਂ ਦੀ ਚੈਕਿੰਗ ਕਦੋਂ ਹੋਣੀ ਹੈ ਕਿਸ ਸਥਾਨ ਤੇ ਹੋਣੀ ਹੈ ਔਰ ਸਮਾਂ ਕੀ ਹੋਏਗਾ ਇਹਦੀ ਵੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਔਰ ਵੀਡੀਓ ਦੇ ਲਾਸਟ ਤੇ ਤੁਹਾਨੂੰ ਮਹੱਤਵਪੂਰਨ ਨੋਟ ਹੈ ਜਿਹੜਾ ਉਹ ਤੁਹਾਡੀ ਜਾਣਕਾਰੀ ਹਿੱਤ ਤੁਹਾਡੇ ਨਾਲ ਸਾਂਝਾ ਕਰਾਂਗੇ ਸੋ ਪੀਸੀਐਸ ਪੀਐਸਪੀਸੀਐਲ ਵੱਲੋਂ ਸਹਾਇਕ ਮੈਨੇਜਰ ਦੀਆਂ 10 ਅਸਾਮੀਆਂ ਭਰਨ ਦੇ ਲਈ ਵਿਗਿਆਪਨ ਨੰਬਰ 302/23 ਜਾਰੀ ਕਰਦੇ ਹੋਏ ਉਮੀਦਵਾਰਾਂ ਦੀ ਚੋਣ ਲਈ 9 ਜਨਵਰੀ ਤੋਂ 30 ਜਨਵਰੀ ਤੱਕ ਬਿਨੇ ਪੱਤਰਾਂ ਦੀ ਮੰਗ ਕੀਤੀ ਗਈ ਸੀ ਸੋ ਇਹਨਾਂ ਅਸਾਮੀਆਂ ਦੇ ਲਈ ਜਿਹੜੇ ਐਪਲੀਕੈਂਟ ਸੀਗੇ ਜਿਹੜੇ ਉਮੀਦਵਾਰ ਸੀਗੇ ਉਹਨਾਂ ਦੇ ਲਈ ਜਿਹਨਾਂ ਨੇ ਆਨਲਾਈਨ ਅਪਲਾਈ ਕੀਤਾ ਸੀ ਉਹਨਾਂ ਦੀ ਪ੍ਰੋਵੀਜ਼ਨਲ ਮੈਰਿਟ ਲਿਸਟ ਹੈ ਜਿਹੜੀ ਉਹ ਜਾਰੀ ਕੀਤੀ ਗਈ ਹੈ ਪੀਐਸਪੀਸੀਐਲ ਦੇ ਵੱਲੋਂ نیچے ਫਾਰਮੈਟ ਤੁਹਾਨੂੰ ਸਕਰੀਨ ਤੇ ਨਜ਼ਰ ਆ ਰਿਹਾ ਹੋਣਾ ਇਸ ਤਰ੍ਹਾਂ ਦੇ ਫਾਰਮੈਟ ਦੇ ਵਿੱਚ ਮੈਰਿਟ ਲਿਸਟ ਹੈ ਜਿਹੜੀ ਉਹ ਜਾਰੀ ਕੀਤੀ ਗਈ ਹੈ ਸਭ ਤੋਂ ਪਹਿਲਾਂ ਤੁਹਾਨੂੰ ਸੀਰੀਅਲ ਨੰਬਰ ਮਿਲੇਗਾ ਫਿਰ ਪੀਐਸਪੀਸੀਐਲ ਦੀ ਰਜਿਸਟ੍ਰੇਸ਼ਨ ਨੰਬਰ ਮਿਲੇਗਾ ਫਿਰ ਅਗਲੇ ਕਾਲਮ ਦੇ ਵਿੱਚ ਗੇਟ ਰਜਿਸਟ੍ਰੇਸ਼ਨ ਨੰਬਰ ਮਿਲੇਗਾ ਪੇਪਰ ਤੁਹਾਡਾ ਕਿਹੜਾ ਹੈ ਪੇਪਰ ਦੀ ਸਪੈਸ਼ਲਾਈਜੇਸ਼ਨ ਗੇਟ ਦੀ ਅਪਲੀਕੈਂਟ ਦਾ ਨੇਮ ਤੁਹਾਡਾ ਉਮੀਦਵਾਰ ਦਾ ਨਾਮ ਕੀ ਹੈ ਫਾਦਰ ਨੇਮ ਪਿਤਾ ਦਾ ਨਾਮ ਕੀ ਹੈ ਡੇਟ ਆਫ ਬਰਥ ਜੈਂਡਰ ਮੇਲ ਫੀਮੇਲ ਅਦਰਸ ਇਹ ਤੁਹਾਨੂੰ ਜਾਣਕਾਰੀ ਮਿਲੇਗੀ ਪੀਐਸਪੀਸੀਐਲ ਅਪਲੀਕੇਸ਼ਨ ਕੈਟਾਗਰੀ ਤੁਹਾਡੀ ਕਿਹੜੀ ਕੈਟਾਗਰੀ ਦੇ ਵਿੱਚ ਅਪਲੀਕੇਸ਼ਨ ਤੁਸੀਂ ਦਾਖਲ ਕੀਤੀ ਸੀ ਸਬਮਿਟ ਕੀਤੀ ਸੀ ਉਹ ਕੈਟਾਗਰੀ ਦਾ ਨਾਮ ਫਿਰ ਗੇਟ ਦੀ ਕੈਟਾਗਰੀ ਦਾ ਨਾਮ ਫਿਰ ਗੇਟ ਤੇ ਮਾਰਕਸ ਕਿੰਨੇ ਤੁਹਾਡੇ ਦੁਆਰਾ ਸਕੋਰ ਕੀਤੇ ਗਏ ਔਰ ਕੁਆਲੀਫਾਈਡ ਵਾਲਾ ਕਾਲਮ ਹੈ ਲਾਸਟ ਤੇ ਇਹਦੇ ਚ ਤੁਹਾਨੂੰ ਜਾਣਕਾਰੀ ਮਿਲੇਗੀ ਕਿ ਕੁਆਲੀਫਾਈ ਕੀਤਾ ਤੁਸੀਂ ਕਿ ਨਹੀਂ ਕੀਤਾ yes no ਦਾ ਕਾਲਮ ਹੈ ਸੋ ਇਸ ਫਾਰਮੈਟ ਦੇ ਵਿੱਚ ਤੁਹਾਨੂੰ ਮੈਰਿਟ ਲਿਸਟ ਹੈ ਜਿਹੜੀ ਪੀਐਸਪੀਸੀਐਲ ਦੀ ਵੈਬਸਾਈਟ ਤੇ ਮਿਲੇਗੀ ਤਾਂ ਤੁਸੀਂ ਲਿੰਕ ਹੈ ਜਿਹੜਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਕਲਿੱਕ ਕਰਕੇ ਲਿੰਕ ਤੇ ਜਾ ਕੇ ਲਿੰਕ ਤੋਂ ਤੁਸੀਂ ਮੈਰਿਟ ਲਿਸਟ ਹੈ ਜਿਹੜੀ ਡਾਊਨਲੋਡ ਕਰ ਸਕਦੇ ਹੋ ਪੀਡੀਐਫ ਫਾਰਮੈਟ ਦੇ ਵਿੱਚ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਦੇ ਦਿੱਤਾ ਗਿਆ ਔਰ ਇਹ ਮੈਰਿਟ ਸੂਚੀ ਹੈ ਜਿਹੜੀ ਗੇਟ 2023 ਦੇ ਜਿਹੜੇ ਮਾਰਕਸ ਨੇ ਤੁਹਾਡੇ ਉਹਨਾਂ ਦੇ ਵੇਸਟ ਇਹ ਮੈਰਿਟ ਸੂਚੀ ਤਿਆਰ ਕੀਤੀ ਗਈ ਆ ਤੁਸੀਂ ਲਿੰਕ ਤੋਂ ਕਲਿੱਕ ਕਰਕੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਦੇਖ ਸਕਦੇ ਹੋ ਮੈਰਿਟ ਸੂਚੀ ਦੇ ਵਿੱਚ ਆਪਣਾ ਡਿਟੇਲਸ ਤੁਹਾਡੀਆਂ ਤੋਂ ਜਾਰੀ ਕੀਤੀ ਗਈ ਮੈਰਿਟ ਸੂਚੀ ਦੇ ਆਧਾਰ ਤੇ ਜਿਹੜੇ ਵੀ ਉਮੀਦਵਾਰ ਸੰਬੰਧਤ ਉਮੀਦਵਾਰ ਨੇ ਮੈਰਿਟ ਲਿਸਟ ਦੇ ਵਿੱਚ ਨਾਮ ਆਇਆ ਉਹਨਾਂ ਦੀ ਅਗਲਾ ਜੋਇਨਿੰਗ ਦਾ ਪ੍ਰੋਸੈਸ ਹੈ ਜਿਹੜਾ ਜੋਇਨਿੰਗ ਦਾ ਅਗਲਾ ਸਟੈਪ ਹੈ ਦਸਤਾਵੇਜ਼ਾਂ ਦੀ ਚੈਕਿੰਗ ਹੋਣੀ ਹੈ ਡਾਕੂਮੈਂਟਸ ਦੀ ਤੁਹਾਡੀ ਜਾਂਚ ਪੜਤਾਲ ਹੋਣੀ ਹੈ ਉਹਦੇ ਲਈ ਸ਼ਡਿਊਲ ਜਾਰੀ ਕੀਤਾ ਗਿਆ ਪੀਐਸਪੀਸੀਐਲ ਦੇ ਵੱਲੋਂ ਇਹਦਾ ਸ਼ਡਿਊਲ ਦਾ ਡਿਟੇਲਡ ਜਿਹੜੇ ਵੇਰਵੇ ਆ ਤੁਸੀਂ ਪੀਡੀਐਫ ਫਾਰਮੈਟ ਦੇ ਵਿੱਚ ਲਿੰਕ ਕਲਿੱਕ ਕਰਕੇ ਡਾਊਨਲੋਡ ਕਰ ਸਕਦੇ ਹੋ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਤੁਹਾਡੀ ਸਹੂਲਤ ਦੇ ਲਈ ਦੇ ਦਿੱਤਾ ਗਿਆ ਔਰ ਇਹ ਜਿਹੜਾ ਸ਼ਡਿਊਲ ਜਾਰੀ ਕੀਤਾ ਗਿਆ ਇਸ ਤਰ੍ਹਾਂ ਦੇ ਫਾਰਮੈਟ ਦੇ ਵਿੱਚ ਤੁਹਾਨੂੰ ਪੀਡੀਐਫ ਦੇ ਵਿੱਚ ਇਹ ਸ਼ਡਿਊਲ ਦੇ ਵੇਰਵੇ ਆ ਡਿਟੇਲਸ ਮਿਲ ਗਈਆਂ ਸਭ ਤੋਂ ਪਹਿਲੇ ਕਾਲਮ ਦੇ ਵਿੱਚ ਸੀਰੀਅਲ ਨੰਬਰ ਹੈ ਉਸ ਤੋਂ ਬਾਅਦ ਪੀਐਸਪੀਸੀਐਲ ਰਜਿਸਟ੍ਰੇਸ਼ਨ ਨੰਬਰ ਹੈ ਉਸ ਤੋਂ ਨੈਕਸਟ ਕਾਲਮ ਦੇ ਵਿੱਚ ਗੇਟ ਰਜਿਸਟ੍ਰੇਸ਼ਨ ਨੰਬਰ ਹੈ ਫਿਰ ਪੇਪਰ ਹੈ ਫਿਰ ਤੁਹਾਡੇ ਨਾਮ ਫਾਦਰ ਨੇਮ ਡੇਟ ਆਫ ਬਰਥ ਜੈਂਡਰ ਪੀਐਸਪੀਸੀਐਲ ਐਪਲੀਕੇਸ਼ਨ ਕੈਟਾਗਰੀ ਹੈ ਫਿਰ ਗੇਟ ਕੈਟਾਗਰੀ ਆ ਫਿਰ ਗੇਟ ਮਾਰਕਸ ਦੀ ਡਿਟੇਲ ਆ ਤੁਹਾਡੇ ਕਿੰਨੇ ਮਾਰਕਸ ਨੇ ਫਿਰ ਲਾਸਟ ਕਾਲਮ ਦੇ ਵਿੱਚ ਡੇਟ ਆਫ ਡਾਕੂਮੈਂਟ ਚੈਕਿੰਗ ਲਿਖਿਆ ਹੈ ਕਿ ਕਿਸ ਡੇਟ ਨੂੰ ਤੁਸੀਂ ਆਪਣੇ ਡਾਕੂਮੈਂਟ ਚੈੱਕ ਕਰਵਾਉਣ ਦੇ ਲਈ ਜਾਣਾ ਤੁਹਾਡੇ ਨਾਮ ਦੇ ਅਗੇਸਟ ਲਾਸਟ ਕਾਲਮ ਦੇ ਵਿੱਚ ਤੁਹਾਨੂੰ ਇਹ ਡੇਟ ਮਿਲੇਗੀ ਸੋ ਇਹ ਲਿੰਕ ਤੋਂ ਤੁਸੀਂ ਕਲਿੱਕ ਕਰਕੇ ਪੀਡੀਐਫ ਫਾਰਮੈਟ ਦੇ ਵਿੱਚ ਸ਼ਡਿਊਲ ਆ ਜਿਹੜਾ ਉਹ ਡਾਊਨਲੋਡ ਕਰ ਸਕਦੇ ਹੋ ਔਰ ਤੁਹਾਡੇ ਧਿਆਨ ਵਿੱਚ ਦੱਸ ਦਈਏ ਕਿ ਪਰ ਪੇਖਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਜਿਹੜੀਆਂ ਇਸ ਚੈਨਲ ਤੇ ਸਾਂਝੀਆਂ ਕਰਨ ਦੀ ਕੋਸ਼ਿਸ਼ ਜਾਰੀ ਰਹੇਗੀ ਪੁੱਛਗੇ ਲਈ ਕਿਸੇ ਤਰ੍ਹਾਂ ਦੇ ਸੁਝਾਅ ਲਈ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ WhatsApp ਗਰੁੱਪ ਹੈ ਸਟੱਡੀਸ਼ਿਪ ਨਾਂ ਦਾ ਗਰੁੱਪ ਕ੍ਰੀਏਟ ਕੀਤਾ ਗਿਆ ਉਹ ਤੁਸੀਂ ਜੁਆਇਨ ਕਰ ਸਕਦੇ ਹੋ ਫਰੀ ਆਫ ਕਾਸਟ ਔਰ ਲਿੰਕ ਇਹਦਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਗਿਆ ਚੈਨਲ ਦੀ ਮੈਂਬਰਸ਼ਿਪ ਹੈ ਜਿਹੜੀ ਜੁਆਇਨ ਦਾ ਬਟਨ ਕਲਿੱਕ ਕਰਕੇ ਜੁਆਇਨ ਕਰ ਸਕਦੇ ਹੋ ਚੈਨਲ ਵੱਖ-ਵੱਖ ਤਰ੍ਹਾਂ ਦੇ ਟੌਪਿਕਸ ਦੀਆਂ ਪਲੇਲਿਸਟ ਹੈ ਜਿਹੜੀਆਂ ਤਿਆਰ ਕੀਤੀਆਂ ਗਈਆਂ ਉਹ ਤੁਸੀਂ ਇਸ ਚੈਨਲ ਦੇ ਡਿਟੇਲ ਦੇ ਵਿੱਚ ਦੇਖ ਸਕਦੇ ਹੋ ਪਲੇਲਿਸਟ ਦੀ ਡਿਟੇਲ ਦੇ ਵਿੱਚ ਦੇਖ ਸਕਦੇ ਹੋ ਔਰ ਤੁਹਾਡੇ ਲਈ ਹੈਲਪਫੁਲ ਵੀਡੀਓਜ਼ ਨੇ ਜਿਹੜੀਆਂ ਕਾਫੀ ਤੁਹਾਡੀ ਹੈਲਪ ਮਿਲ ਸਕਦੀ ਹੈ ਤੁਹਾਨੂੰ ਉਹ ਤੁਸੀਂ ਚੈੱਕ ਕਰ ਸਕਦੇ ਹੋ ਪਲੇਲਿਸਟ ਔਰ ਦਸਤਾਵੇਜ਼ਾਂ ਦੀ ਚੈਕਿੰਗ ਦਾ ਜਿਹੜਾ ਸਥਾਨ ਹੈ ਉਹ ਤੁਹਾਡਾ ਹੋਏਗਾ TTI ਕੰਪਲੈਕਸ ਸ਼ਕਤੀ ਵਿਹਾਰ ਪੀਐਸਪੀਸੀਐਲ ਪਟਿਆਲਾ ਪਟਿਆਲਾ ਵਿਖੇ ਟੈਕਨੀਕਲ ਟ੍ਰੇਨਿੰਗ ਇੰਸਟੀਚਿਊਟ ਹੈ ਸ਼ਕਤੀ ਵਿਹਾਰ ਦੇ ਵਿੱਚ ਪੀਐਸਪੀਸੀਐਲ ਦਾ ਉੱਥੇ ਤੁਹਾਡੀ ਜਿਹੜੀ ਦਸਤਾਵੇਜ਼ਾਂ ਦੀ ਚੈਕਿੰਗ ਹੈ ਇਹ ਹੋਣੀ ਹੈ ਤੁਸੀਂ ਇਸ ਸਥਾਨ ਤੇ ਪਹੁੰਚਣਾ ਹੈ ਆਪਣੇ ਸ਼ਡਿਊਲ ਦੇ ਮੁਤਾਬਕ ਔਰ ਇਹਦੀ ਡੇਟ ਜਿਹੜੀ ਰੱਖੀ ਗਈ ਆ ਉਹ 12 ਫਰਵਰੀ 2024 ਰਿਪੋਰਟਿੰਗ ਟਾਈਮ ਹੈ 9:30 ਵਜੇ ਸਾਰੇ ਕੈਂਡੀਡੇਟਸ ਨੇ 9:30 ਵਜੇ ਸਵੇਰੇ ਤੁਸੀਂ ਰਿਪੋਰਟ ਕਰਨਾ ਇਸ ਸਥਾਨ ਦੇ ਉੱਪਰ TTI ਕੰਪਲੈਕਸ ਵਿਖੇ ਔਰ 12 ਫਰਵਰੀ 2024 ਨੂੰ ਤੁਹਾਡੀ ਦਸਤਾਵੇਜ਼ਾਂ ਦੀ ਚੈਕਿੰਗ ਹੈ ਜਿਹੜੀ ਉਹ ਕੀਤੀ ਜਾਏਗੀ ਅਗਲੇ ਤੁਹਾਨੂੰ ਮਹੱਤਵਪੂਰਨ ਨੋਟ ਇਸ ਦੇ ਨਾਲ ਸੰਬੰਧਿਤ ਦੱਸਦੀ ਹੈ ਕਿ ਸਿਰਫ ਦਸਤਾਵੇਜ਼ਾਂ ਦੀ ਜਾਂਚ ਲਈ ਕਿਸੇ ਉਮੀਦਵਾਰ ਨੂੰ ਬੁਲਾਉਣ ਨਾਲ ਉਸ ਨੋਕਤ ਅਹੁਦੇ ਲਈ ਚੋਣ ਜਾਂ ਨਿਯੁਕਤ ਕਰਨ ਦਾ ਹੱਕ ਹੈ ਜਿਹੜਾ ਨਹੀਂ ਮਿਲਦਾ ਤੁਹਾਡੀ ਜਾਂਚ ਪੜਤਾਲ ਹੋਣੀ ਹੈ ਡਾਕੂਮੈਂਟਸ ਦੀ ਜੇਕਰ ਸਹੀ ਪਾਏ ਜਾਂਦੇ ਨੇ ਤਾਂ ਤੁਹਾਡੀ ਜੁਆਇਨਿੰਗ ਦੇ ਲਈ ਅਗਲਾ ਪ੍ਰੋਸੈਸ ਹੈ ਜਿਹੜਾ ਹੋਏਗਾ ਸਿਰਫ ਤੁਹਾਨੂੰ ਡਾਕੂਮੈਂਟਸ ਚੈਕਿੰਗ ਲਈ ਬੁਲਾਇਆ ਜਾਣਾ ਇਹ ਹੱਕ ਨਹੀਂ ਬਣ ਜਾਂਦਾ ਤੁਹਾਡਾ ਕਿ ਤੁਸੀਂ ਅਪਾਇੰਟਮੈਂਟ ਤੁਹਾਡੀ ਹੋ ਗਈ ਹੈ ਤੁਸੀਂ 100% ਜੁਆਇਨ ਕਰੋਗੇ ਤਾਂ ਪਹਿਲਾਂ ਡਾਕੂਮੈਂਟਸ ਦੀ ਚੈਕਿੰਗ ਤੁਹਾਡੀ ਸਕਸੈਸਫੁਲੀ ਹੋਣੀ ਚਾਹੀਦੀ ਹੈ ਅਗਲਾ ਪੁਆਇੰਟ ਤੁਸੀਂ ਨੋਟ ਕਰ ਲੈਣਾ ਕਿ ਰਾਖਮੀ ਸ਼੍ਰੇਣੀ ਨਾਲ ਸੰਬੰਧਿਤ ਸਾਰੇ ਉਮੀਦਵਾਰਾਂ ਲਈ ਪੰਜਾਬ ਡੋਮਿਸਾਈਲ ਤੇ ਰਾਖਮੀ ਸ਼੍ਰੇਣੀ ਸਰਟੀਫਿਕੇਟ ਹੈ ਜਿਹੜਾ ਉਹ ਲਾਜ਼ਮੀ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਦਸਤਾਵੇਜ਼ਾਂ ਦੀ ਜਾਂਚ ਜਾਂ ਕਾਉਂਸਲਿੰਗ ਆਦ ਲਈ ਕੀਤੀਆਂ ਯਾਤਰਾਵਾਂ ਲਈ ਕੋਈ TADA ਪੀਐਸਪੀਸੀਐਲ ਦੇ ਵੱਲੋਂ ਧੰਨਵਾਦ ਨਹੀਂ ਕੀਤਾ ਜਾਏਗਾ ਕਿਸੇ ਤਰ੍ਹਾਂ ਦਾ TADA ਨਹੀਂ ਹੋਏਗਾ ਜਾਣ ਆਉਣ ਦਾ ਖਰਚਾ ਤੁਹਾਡਾ ਆਪਣਾ ਹੋਏਗਾ ਔਰ ਉਮੀਦਵਾਰ ਦੀ ਤਰਫੋਂ ਕੋਈ ਹੋਰ ਵਿਅਕਤੀ ਦਸਤਾਵੇਜ਼ਾਂ ਦੀ ਦਸਤਾਵੇਜ਼ਾਂ ਦੀ ਜਾਂਚ ਦੇ ਲਈ ਹਾਜ਼ਰ ਨਹੀਂ ਹੋ ਸਕਦਾ ਤੁਸੀਂ ਖੁਦ ਕੈਂਡੀਡੇਟ ਹੋ ਜਿਹੜੇ ਖੁਦ ਤੁਸੀਂ ਆਪਣੇ ਡਾਕੂਮੈਂਟ ਵੈਰੀਫਿਕੇਸ਼ਨ ਲਈ ਉੱਤੇ ਪਹੁੰਚਣਾ ਔਰ ਆਰਜੀ ਤੌਰ ਤੇ ਇਸ ਲਿਸਟ ਦੇ ਵਿੱਚ ਜਿਹੜਾ ਸ਼ਡਿਊਲ ਦਿੱਤਾ ਗਿਆ ਜਿੰਨੇ ਉਮੀਦਵਾਰਾਂ ਦੀ ਅਪਾਇੰਟਮੈਂਟ ਕਰਨੀ ਹੈ ਉਸ ਤੋਂ ਦੁੱਗਣੇ ਉਮੀਦਵਾਰਾਂ ਨੂੰ ਦਸਤਾਵੇਜ਼ਾਂ ਦੀ ਚੈਕਿੰਗ ਦੇ ਲਈ ਬੁਲਾਇਆ ਜਾ ਰਿਹਾ ਸੋ ਇਹ ਮਹੱਤਵਪੂਰਨ ਨੋਟ ਤੁਸੀਂ ਜ਼ਰੂਰ ਨੋਟ ਕਰ ਲੈਣਾ ਇਹਦੇ ਨਾਲ ਹੀ ਜਿਹੜੇ ਵੀ ਕੈਂਡੀਡੇਟਸ ਅਸਿਸਟੈਂਟ ਮੈਨੇਜਰ ਆਈਟੀ ਸਿਸਟਮਸ ਦੀ ਪੋਸਟ ਦੇ ਲਈ ਅਪਲਾਈ ਕੀਤਾ ਔਰ ਮੈਰਿਟ ਲਿਸਟ ਦੇ ਵਿੱਚ ਨਾਮ ਆਇਆ ਜਦੋਂ ਹੀ ਤੁਸੀਂ ਹੁਣ ਡਾਕੂਮੈਂਟ ਵੈਰੀਫਿਕੇਸ਼ਨ ਲਈ ਅੱਗੇ ਜਾ ਰਹੇ ਹੋ ਅਗਲੇ ਸਟੈਪ ਲਈ ਤੁਹਾਨੂੰ ਸਟੱਡੀਸ਼ਿਪ YouTube ਚੈਨਲ ਦੇ ਵੱਲੋਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਗੁੱਡ ਲੱਕ ਤੁਹਾਡੇ ਬ੍ਰਾਈਟ ਫਿਚਰ ਦੇ ਲਈ ਸੋ ਉਮੀਦ ਹੈ ਕਿ ਇਸ ਵੀਡੀਓ ਦੇ ਵਿੱਚ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇਗੀ ਲਾਈਕ ਦਾ ਬਟਨ ਕਲਿੱਕ ਕਰਕੇ ਤੁਸੀਂ ਵੀਡੀਓ ਨੂੰ ਲਾਈਕ ਕਰੋ ਔਰ ਆਪਣੇ ਸਾਥੀਆਂ ਦੇ ਨਾਲ ਵੱਧ ਤੋਂ ਵੱਧ ਇਸ ਨੂੰ ਸ਼ ਸੋ ਮਿਲਦੇ ਆਂ ਅਗਲੇ ਵੀਡੀਓ ਦੇ ਵਿੱਚ ਕਿਸੇ ਨਵੇਂ ਟੌਪਿਕ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਗੁੱਡ ਲੱਕ ਅਗੇ